रो पंजाब टीवी ते तुहाडा स्वागत है। मैं हाँ गगनदीप सिंह। संगरूर तो सांसद सिमरनजीत सिंह मान दे बयान तो बाद एक नवी चर्चा छिड़ चुकी है। आम आदमी पार्टी सिमरनजीत सिंह मान नू सीधे लफ्जा दे विच कह रहे हैं कि या तो माफी मंगो नहीं तो असी लीगल तौर दे उत्ते कार्रवाई करन दे लई तैयार हाँ। साडे नाल सिमरनजीत सिंह मान दे पुत्र इमान सिंह मान होनी फोन लाइन दे जुड़े ने, गलबात करदे हां। इमान जी स्वागत है प्रो पंजाब टीवी ते। काफी निराशा जिहड़ी है इस बयान तो बाद नजर आ रही है। जे आपां सार भगत सिंह दा योगदान क्रांतिकारी मूवमेंट च देखिए, उहनां दी सब तो ज्यादा मशहूरी उदों हुई सी जद ओना ने लाला लाजपत राय दे उत्ते जिहड़ा लाठी चार्ज कीता सीगा। 6 दिन बाद ओना दी मौत हुई सी। ओना ने जिम्मेवार जिहड़ा स्कॉट एसपी सी ओनू थरा के जाके गोलियां चलाईयां और 7 गोलियां एक जूनियर ब्रिटानिया दा अफसर सॉन्डर्स दा कोई लैंड देन इस केस नाल सीगा, ट्रेनिंग ते सीगा, उहदे शरीर ते मार के ਨਾਲ ਇੱਕ ਚੰਨਣ ਸਿੰਘ ਸਿਪਾਹੀ ਪੰਜਾਬ ਦਾ ਸਿੱਖ ਉਹਨੂੰ ਮਾਰ ਕੇ ਉਹਨਾਂ ਨੇ ਜਾ ਕੇ ਆਪਣੇ ਪੋਸਟਰ ਤਬਦੀਲ ਕੀਤੇ ਜੋ ਕਿ ਪਹਿਲਾਂ ਸਕੌਟ ਦੇ ਨਾਂ ਤੇ ਸੀਗੇ ਤੇ ਫਿਰ ਉਹਨਾਂ ਨੇ ਸੌਂਡਰਸ ਦਾ ਨਾਂ ਉੱਥੇ ਲਿਖਿਆ। ਸੌਂਡਰਸ ਦਾ ਕੋਈ ਲੈਣ ਦੇਣ ਇਸ ਨਾਲ ਨਹੀਂ ਸੀਗਾ। ਦੂਜਾ ਕੰਮ ਉਹਨਾਂ ਨੇ ਕੀਤਾ ਕਿ ਜਿਹੜੀ ਅਸੈਂਬਲੀ ਸੀਗੀ ਸੈਂਟਰਲ ਲੈਜਿਸਲੇਟਿਵ ਅਸੈਂਬਲੀ ਜਿਹੜੀ ਬਣਾਈ ਗਈ ਸੀ ਕਿ ਭਾਰਤੀਆਂ ਨੂੰ ਜ਼ਿਆਦਾ ਹੱਕ ਆਪਣੇ ਗਵਰਨੈਂਸ 'ਚ ਹੋਏ ਉਹਦੇ ਚ ਜਾ ਕੇ ਬੰਬ ਸੁੱਟਿਆ ਸੀਗਾ। ਹੁਣ ਇਹ ਦੋ ਕਾਰਨਾਮੇ ਜਿਹੜੇ ਉਹਨਾਂ ਦੇ ਹੋਏ ਸੀਗੇ ਜਿਨ੍ਹਾਂ ਦੇ ਉੱਤੇ ਉਹਨਾਂ ਦਾ ਕੇਸ ਚੱਲਿਆ ਉਸ ਦੇ ਅਧੀਨ ਉਹਨਾਂ ਨੂੰ ਜੇਲ੍ਹ 'ਚ ਫਾਂਸੀ ਦੀ ਸਜ਼ਾ ਜਿਸ ਦੇ ਅਸੀਂ ਬਰਖਲਾਫ਼ ਹਾਂ ਉਹ ਦਿੱਤੀ ਗਈ। ਹੁਣ ਆਪਾਂ ਦੇਖੀਏ 1984 ਦੇ ਵਿੱਚ ਸਿੱਖਾਂ ਦਾ ਕਤਲੇਆਮ ਸ਼ਰੇਆਮ ਦਿੱਲੀ 'ਚ ਹੋਇਆ। ਆਪਾਂ ਹੁਣ ਉਹਨਾਂ ਨੂੰ ਕਹੀਏ ਕਿ ਤੁਸੀਂ ਭਗਤ ਸਿੰਘ ਦੇ ਨੀਹਾਂ ਦੇ ਉੱਤੇ ਤੁਰਦੇ ਪੁਲਸੀਆਂ ਦਾ ਕਤਲ ਕਰੋ, ਤੁਸੀਂ ਜਾ ਕੇ ਲੋਕ ਸਭਾ ਦੇ ਵਿੱਚ ਬੰਬ ਸੁੱਟੋ। ਹੁਣ ਜੋ ਸਾਨੂੰ ਭਗਤ ਸਿੰਘ ਜੀ ਨੇ ਕੀਤਾ ਜੇ ਸਾਨੂੰ ਵੀ ਉਹੀ ਸਿਖਲਾਈ ਦੇਣੀ ਹੈ ਫਿਰ ਤਾਂ ਜਿਹੜੇ ਕਤਲੇਆਮ ਸਾਡੇ ਜਨਸਾਈਡ ਰਾਜਨਾਥ ਸਿੰਘ ਨੇ ਕਿਹਾ ਉਹ ਅਸੀਂ ਉਹਦੀਆਂ ਲੀਹਾਂ ਤੇ ਤੁਰ ਕੇ ਆਪਣਾ ਬਦਲਾ ਇੰਨਾ ਲਈਏ। ਪਰ ਸਾਡੀ ਪਾਰਟੀ ਜਮਹੂਰੀਅਤ ਪਸੰਦ ਤਰੀਕੇ ਨਾਲ ਕਾਨੂੰਨ ਪਸੰਦ ਤਰੀਕੇ ਨਾਲ ਸਵਾਲ ਲਊਂਗਾ ਕਿਉਂਕਿ ਆਮ ਆਦਮੀ ਪਾਰਟੀ ਫਿਰ ਇਸੀ ਦੇ ਉੱਤੇ ਹੀ ਔਰ ਲੋਕ ਇਸੀ ਦੇ ਉੱਤੇ ਹੀ ਕਾਊਂਟਰ ਇਹ ਵੀ ਪੁੱਛ ਰਹੇ ਨੇ ਫਿਰ ਤੁਸੀਂ ਕਹਿੰਦੇ ਬਲਵਿੰਦਰ ਸਿੰਘ ਜਟਾਲਾ ਉਹਨਾਂ ਨੂੰ ਤੁਸੀਂ ਬੱਬਰ ਖਾਲਸਾ ਉਹਨਾਂ ਨੂੰ ਤੁਸੀਂ ਫਿਰ ਕੀ ਸਮਝਦੇ ਹੋ ਤੁਸੀਂ ਬਲਵੰਤ ਸਿੰਘ ਰਾਜੂ ਉਹਨਾਂ ਨੂੰ ਕੀ ਸਮਝਦੇ ਹੋ ਫਿਰ ਜੇ ਤੁਸੀਂ ਇਹੀ ਐਗਜ਼ਾਮਪਲ ਦੇ ਰਹੇ ਹੋ ਤਾਂ ਫਿਰ ਤੁਹਾਡੀ ਇਹਨਾਂ ਦੇ ਪ੍ਰਤੀ ਕੀ ਪ੍ਰਕਿਰਿਆ ਹੈ ਤੁਸੀਂ ਇਹਨਾਂ ਦੇ ਵਾਸਤੇ ਕੀ ਸੋਚਦੇ ਹੋ? ਮੈਂ ਦੱਸਦਾ ਹਵਾਰਾ ਸਾਹਿਬ ਰਾਜੂਆਣਾ ਸਾਹਿਬ ਨੇ ਜੋ ਇੱਕ ਐਕਸਟਰਾ ਕਨਸਟੀਟਿਊਸ਼ਨਲ ਅਥਾਰਟੀ ਦੇ ਨਾਲ ਇੰਡੀਅਨ ਸਟੇਟ ਨੇ ਬੇਅੰਤ ਸਿੰਘ ਨੇ ਕੇਪੀਐਸ ਗਿੱਲ ਅਜ਼ਾਰ ਆਲਮ ਨੇ ਕਨਸਟੀਟਿਊਸ਼ਨ ਤੋਂ ਬਾਹਰ ਜਾਂਦੇ ਹੋਏ ਆਊਟਸਾਈਡ ਦ ਪ੍ਰੋਸੀਜਰ ਆਫ ਲਾਅ ਉਹਨਾਂ ਨੇ ਕਤਲੇਆਮ ਸ਼ੁਰੂ ਕੀਤਾ। ਉਹਨਾਂ ਦੇ ਉੱਤੇ ਨਾ ਕੋਈ ਸੈਂਟਰ ਦੀ ਸਰਕਾਰ ਦੀ ਪਾਬੰਦੀ ਲਾਈ ਨਾ ਕੋਰਟਸ ਨੇ ਕੋਈ ਰਿਸਟ੍ਰਿਕਸ਼ਨ ਲਾਈ, ਸਗੋਂ ਫੁੱਲੇ ਨਿਹੰਗ ਨੇ ਜਾ ਕੇ ਕੋਰਟਸ ਨੂੰ ਜਾ ਕੇ ਘਰ ਦੇ ਵਿੱਚ ਸੁਮੇਧ ਸੈਣੀ ਦੇ ਬੰਦੇ ਨੇ ਧਮਕੀਆਂ ਦੇ ਕੇ ਉਹਨਾਂ ਨੂੰ ਸਬਜੂ ਕੀਤਾ। ਇਹ ਸਾਰੇ ਸਟੇਟ ਨੇ ਰਲ ਮਿਲ ਕੇ ਜਦ ਇਹੋ ਜਿਹੇ ਐਕਸ਼ਨ ਲਿੱਤੇ ਉਸ ਦੇ ਉਹ ਕੋਈ ਵੀ ਲੋਫਲ ਵੇ ਸਾਡਾ ਰਹਿ ਨਹੀਂ ਗਿਆ ਸੀਗਾ, ਠੀਕ ਹੈ ਨਾ ਜੀ। ਤੇ ਉਹ ਕੰਮ ਉਹਨਾਂ ਨੇ ਉਦੋਂ ਕੀਤਾ ਹੈਗਾ ਦੇ ਪ੍ਰੀਜ਼ਰਵ ਦ ਡਿਗਨਿਟੀ ਆਫ ਹਿਊਮਨ ਲਾਈਫ
by taking into account those who operated outside of the law of but the ਇਹੀ ਗੱਲ ਇਹੀ ਗੱਲ ਆਮ ਆਦੀ ਪਾਰਟੀ ਵੀ ਕਹਿ ਰਹੀ ਹੈ ਇਹੀ ਗੱਲ ਲੋਕ ਵੀ ਕਹਿ ਰਹੇ ਨੇ ਕਿ ਉਹਨਾਂ ਨੇ ਵੀ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਕਹਿੰਦੇ ਵੱਡੀ ਕੁਰਬਾਨੀ ਦਿੱਤੀ ਔਰ ਸਿਮਰਜੀਤ ਸਿੰਘ ਦੇ ਮਾਨ ਉਹਨਾਂ ਦੇ ਇਸ ਬਿਆਨ ਦੇ ਨਾਲ ਕਹਿੰਦੇ ਤਮਾਮ ਭਾਰਤੀਆਂ ਦਾ ਤਮਾਮ ਪੰਜਾਬੀਆਂ ਦਾ ਕਹਿੰਦੇ ਕਿ ਇਸ ਦਾ ਵਿੱਚ ਬਹੁਤ ਸ਼ਰਮ ਵਾਲੀ ਗੱਲ ਹੋਈ ਹੈ ਦੇਰ ਇਜ਼ ਅ ਡਿਫਰੈਂਸ ਬੀਟਵੀਨ ਹਵਾਰਾ ਸਾਹਿਬ ਐਂਡ ਸਰ ਭਗਤ ਸਿੰਘ ਡਿਫਰੈਂਸ ਇਹ ਹੈ The young thing allowed this to happen under an official office, but Saunders was not at fault. ਤੁਸੀਂ ਨਹੀਂ ਮੰਨਦੇ ਕਿ ਭਗਤ ਸਿੰਘ ਉਹਨਾਂ ਦਾ ਯੋਗਦਾਨ ਰਿਹਾ ਹੈ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਵਿੱਚ ਤੁਸੀਂ ਇਸ ਚੀਜ਼ ਨੂੰ ਇਸ ਚੀਜ਼ ਨੂੰ ਮੰਨਦੇ ਹੋ ਕਿ ਭਗਤ ਸਿੰਘ ਉਹਨਾਂ ਦਾ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਵਿੱਚ ਵੱਡਾ ਯੋਗਦਾਨ ਰਿਹਾ ਹੈ ਮੈਂ ਮੰਨਦਾ ਕਿ ਦੇਸ਼ ਦੀ ਆਜ਼ਾਦੀ 'ਚ ਬੇਅੰਤ ਫੋਰਸਿਸ ਨੇ ਕੰਮ ਕੀਤਾ ਸਿੰਘ ਸਭਾ ਲਹਿਰ ਨੇ ਨਨਕਾਣਾ ਸਾਹਿਬ ਦੇ ਜਿਹੜੇ ਗੁਰਦੁਆਰਾ ਆਜ਼ਾਦ ਕੀਤੇ ਸਿੱਖ ਗੁਰਦੁਆਰਾ ਐਕਟ ਲੈ ਕੇ ਆਏ ਨਹਿਰੂ ਗਾਂਧੀ ਕਹਿੰਦੇ ਇਟ ਇਜ਼ ਦਾ ਫਸਟ ਵਿਕਟਰੀ ਫੋਰ ਦ ਇੰਡੀਪੈਂਡੈਂਸ ਆਫ ਦ ਕੰਟਰੀ ਨਹਿਰੂ ਗਾਂਧੀ ਨੇ ਸ਼ਾਂਤਮਈ ਰੂਪ 'ਚ ਧਰਨੇ ਤੇ ਹੋਰ ਦੇ ਕੇ ਉਹਦੇ ਲਈ ਕੰਮ ਕੀਤਾ ਜੋ ਸਰ ਭਗਤ ਸਿੰਘ ਨੇ ਕੀਤਾ ਹੀ ਅਟੈਕਡ ਪੀਪਲ ਹੂ ਵਰ ਨਾਟ ਇਨ ਐਨੀ ਵੇ ਰਿਸਪੋਂਸੀਬਲ ਫੋਰ ਦ ਐਕਟ ਹੀ ਵਾਂਟਡ ਟੂ ਟੇਕ ਰਿਵੈਂਜ ਫੋਰ ਠੀਕ ਹੈ ਨਾ ਜੀ ਉਹ ਤਾਂ ਕੰਮ ਕੀਤਾ ਸੀ ਸਕੌਟ ਨੇ ਉਹ ਜਾ ਕੇ ਲਾਲਾ ਲਾਜਪਤ ਰਾਏ ਦਾ ਬਲੇਮ ਸੌਂਡਰਸ ਤੇ ਲਾ ਕੇ ਚੰਨਣ ਸਿੰਘ ਜੀ ਤੇ ਲਾ ਕੇ ਉਹਨਾਂ ਨੂੰ ਜਾ ਕੇ ਗੋਲੀਆਂ ਨਾਲ ਮਾਰਿਆ ਆ ਫਿਰ ਵੀ ਆ ਪਰ ਡੈਮੋਕ੍ਰੈਟਿਕ ਰੈਜ਼ੋਲੂਸ਼ਨ ਡੈਮੋਕ੍ਰੇਸੀ ਦੀ ਸਿੱਖ ਅਜਾਇਬ ਘਰ ਦੀ ਗੱਲ ਕਰੀਏ ਤਾਂ ਸਿੱਖ ਅਜਾਇਬ ਘਰ ਦੇ ਵਿੱਚ ਫਿਰ ਤਸਵੀਰ ਕੀ ਗਲਤ ਲਗਾਈ ਗਈ ਹੈ ਭਗਤ ਸਿੰਘ ਉਹਨਾਂ ਦੀ ਤਸਵੀਰ ਸਿੱਖ ਅਜਾਇਬ ਘਰ ਦੇ ਵਿੱਚ ਨਹੀਂ ਹੋਣੀ ਚਾਹੀਦੀ ਇਮਾਨ ਜੀ ਮੈਂ ਇਹ ਪੁੱਛਣਾ ਚਾਹੁੰਦਾ ਜੇ ਤੁਸੀਂ ਕਹਿ ਰਹੇ ਹੋ ਕਿ ਇੰਨੇ ਤੁਹਾਡੇ ਇਸ ਚੀਜ਼ ਦੇ ਨਾਲ ਡਿਫਰੈਂਸ ਤੁਸੀਂ ਨਜ਼ਰ ਆ ਰਹੇ ਨੇ ਤੁਹਾਡੇ ਉਹਨਾਂ ਦੀ ਸੋਚ ਨਾਲ ਉਹਨਾਂ ਦੇ ਕੰਮ ਦੇ ਨਾਲ ਤਾਂ ਤੁਹਾਨੂੰ ਕੀ ਲੱਗਦਾ ਜੋ ਸਿੱਖ ਅਜਾਇਬ ਘਰ ਦੇ ਵਿੱਚ ਤਸਵੀਰ ਭਗਤ ਸਿੰਘ ਉਹਨਾਂ ਦੀ ਲੱਗੀ ਹੋਈ ਹੈ ਤਾਂ ਕੀ ਉਹ ਨਹੀਂ ਲਗਾਉਣੀ ਚਾਹੀਦੀ ਉਹਨੂੰ ਹਟਾਉਣਾ ਚਾਹੀਦਾ ਫਿਰ ਕੀ ਤੁਸੀਂ ਇਹ ਵੀ ਮੰਗ ਕਰੋਗੇ ਜੋ ਚੀਜ਼ਾਂ ਅਸੀਂ ਕਹੀਆਂ ਨਹੀਂ ਉਹ ਜੇ ਮੂੰਹ 'ਚ ਪਾਣੀ ਹੈ ਤੁਸੀਂ ਆਪਣਾ ਪੁਆਇੰਟ ਬਾਣਾ ਹੈ ਤਸਵੀਰ ਲੱਗੀ ਹੋਈ ਹੈ ਮੈਂ ਸਪਸ਼ਟ ਤੁਹਾਨੂੰ ਤੇ ਆਮ ਆਦਮੀ ਪਾਰਟੀ ਨੂੰ ਕਹਿਣਾ ਕਿ ਤੁਸੀਂ ਆਪਦੇ ਬੱਚਿਆਂ ਨੂੰ ਉਹਨਾਂ ਦੀਆਂ ਲੀਹਾਂ ਤੇ ਤੁਰਨ ਨੂੰ ਕਹੋਗੇ ਕਿ ਨਹੀਂ ਪਰ ਉਹਨਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਸੀ ਜੇ ਆਪਾਂ ਲਰਨਿੰਗ ਲੈਣੀ ਹੈ ਆਪਾਂ ਕੋਈ ਹੋਰ ਲਰਨਿੰਗ ਵੀ ਲੈ ਸਕਦੇ ਹਾਂ ਪੜ੍ਹਨ ਵਾਲੀ ਲਰਨਿੰਗ ਲੈ ਸਕਦੇ ਹਾਂ ਦੱਸੋ ਕਿਤਾਬਾਂ ਬਹੁਤ ਪੜ੍ਹਨ ਦਾ ਸ਼ੌਂਕ ਸੀ ਕਿਤਾਬਾਂ ਪੜ੍ਹਨ ਦੀ ਉਹ ਗੱਲ ਕਰਦੇ ਸੀ ਸਭ ਤੋਂ ਪਹਿਲਾਂ ਇਹ ਗੱਲਾਂ ਆ ਰਹੀਆਂ ਮੈਂ ਉਸ ਸਵਾਲ ਦਾ ਮੈਂ ਜਵਾਬ ਲੈਣਾ ਚਾਹੁੰਗਾ ਜੋ ਸਿੱਖ ਅਜਾਇਬ ਘਰ ਦੇ ਵਿੱਚ ਤਸਵੀਰ ਲੱਗੀ ਹੋਈ ਹੈ ਉਸ ਨੂੰ ਫਿਰ ਤੁਸੀਂ ਕਿਵੇਂ ਦੇਖਦੇ ਹੋ ਕਿਵੇਂ ਉਸ ਚੀਜ਼ ਨੂੰ ਤੁਸੀਂ ਡੀਕੋਡ ਕਰਦੇ ਹੋ ਸਿੱਖ ਅਜਾਇਬ ਘਰ 'ਚ ਜਿਹੜੀਆਂ ਭਾਵਨਾਵਾਂ ਨਾਲ ਉਹ ਰੱਖੀ ਗਈ ਹੈ ਉਹਦੇ ਵਿੱਚ ਜਿਹੜਾ ਅਖੀਰਲੇ ਸਮੇਂ 'ਚ ਪਹਿਲਾਂ ਤਾਂ ਸਰ ਭਗਤ ਸਿੰਘ ਨੇ ਬਿਆਨ ਤੇ ਕਿਤਾਬ ਲਿਖੀ ਵਾਈ ਆਈ ਐਮ ਐਨ ਏਥੀਐਸਟ ਮੈਂ ਰੱਬ ਦੇ ਵਿੱਚ ਭਰੋਸਾ ਹੀ ਨਹੀਂ ਰੱਖਦਾ ਠੀਕ ਹੈ ਨਾ ਜੀ ਸੋ ਅਜਾਇਬ ਘਰ 'ਚ ਉਸ ਬੰਦੇ ਨੂੰ ਰੱਖਣਾ ਕਿਵੇਂ ਹੋ ਸਕਦਾ ਹੈ ਕਿਉਂਕਿ ਅਖੀਰਲੇ ਦਿਨਾਂ ਦੇ ਵਿੱਚ ਜਦ ਫਾਂਸੀ ਨੇੜੇ ਸੀ ਉਹਨਾਂ ਨੇ ਸਿੱਖੀ ਅਪਣਾਈ ਸੀਗੀ ਔਰ ਉਹ ਜਿਹੜੀ ਤਬਦੀਲੀ ਹੋਈ ਹੈ ਉਹ ਜਿਹੜਾ ਨਿਮਾਣਾ ਸਿੱਖ ਉੱਥੇ ਜਾ ਸਕਦਾ ਉਸ ਕਰਕੇ ਸਰ ਭਗਤ ਸਿੰਘ ਵੀ ਉੱਥੇ ਜਾ ਸਕਦੇ ਹੈਗੇ ਆ ਸੋ ਮੇਰੀ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਕਿ ਕਿਉਂ ਹੈਗੀ ਕਿਉਂ ਨਹੀਂ ਉਹ ਤੁਹਾਡਾ ਸਵਾਲ ਸੀ ਮੇਰਾ ਨਹੀਂ ਸੀ ਬਟ ਬਹੁਤ ਸਾਰੇ ਤੁਹਾਡੇ ਪਾਰਟੀ ਦੇ ਹੀ ਤੁਸੀਂ ਸੋਸ਼ਲ ਮੀਡੀਆ ਦੇਖਿਆ ਹੋਊਗਾ ਇਮਾਨ ਜੀ ਕੱਲ ਦੇ ਇਸ ਬਿਆਨ ਤੋਂ ਬਾਅਦ ਸਿਮਰਜੀਤ ਸਿੰਘ ਉਹਨਾਂ ਦੇ ਮਾਨ ਦੇ ਬਿਆਨ ਤੋਂ ਬਾਅਦ ਕੱਲ ਤੁਹਾਡੀ ਪਾਰਟੀ ਦੇ ਹੀ ਬਹੁਤ ਸਾਰੇ ਜੋ ਵਲੰਟੀਅਰਸ ਨੇ ਜੋ ਤੁਹਾਡੀ ਪਾਰਟੀ ਨੂੰ ਸਪੋਰਟ ਕਰਦੇ ਸੀ ਉਹੀ ਕਹਿ ਰਹੇ ਨੇ ਕਹਿੰਦੇ ਕਿ ਬਾਕੀ ਗੱਲਾਂ ਠੀਕ ਨੇ ਬਟ ਮਾਨ ਸਾਹਿਬ ਉਹਨਾਂ ਦਾ ਇਹ ਬਿਆਨ ਠੀਕ ਨਹੀਂ ਹੈ ਕਹਿੰਦੇ ਬਿਆਨ ਨਹੀਂ ਦੇਣਾ ਚਾਹੀਦਾ ਸੀਗਾ ਔਰ ਆਮ ਆਦਮੀ ਪਾਰਟੀ ਦਾ ਹੱਕ ਹੈ ਕਹਿਣ ਦਾ ਉਹਨਾਂ ਦੀਆਂ ਭਾਵਨਾਵਾਂ ਪਾਰਟੀ ਜ਼ਰੂਰ ਕੰਸੀਡਰ ਕਰੂਗੀ ਤੇ ਇਹਦੇ ਉੱਤੇ ਵਿਚਾਰ ਕਰ ਲਾਂਗੇ ਪਰ ਜਿਹੜੇ ਹਿਸਟੋਰੀਕਲ ਫੈਕਟ ਮੈਂ ਦੱਸੇ ਹੈਗੇ ਆ ਉਹਨਾਂ ਨੂੰ ਰਿਫਿਊਜ਼ ਆਮ ਆਦਮੀ ਪਾਰਟੀ ਕਰੇ ਉਹਨਾਂ ਦਾ ਮਹਿਣਾ ਤੁਸੀਂ ਦੱਸੋ ਔਰ ਤੁਸੀਂ ਸਮਝਾਓ ਕਿ ਜਿਹੜੇ ਬੰਦੇ ਨੇ ਇੱਕ ਬੇਕਸੂਰ ਬੰਦੇ ਦੇ 7 ਗੋਲੀਆਂ ਮਾਰੀਆਂ ਬੰਬ ਸੁੱਟਿਆ ਅਸੈਂਬਲੀ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਉਹਨੂੰ ਆਪਾਂ ਕਿਸ ਦਾਇਰੇ ਦੇ ਵਿੱਚ ਆਪਣੇ ਬੱਚਿਆਂ ਨੂੰ ਕਹੀਏ ਕਿ ਇਹ ਕੰਮ ਕਰਨ ਵਾਲਾ ਹੈ 1984 'ਚ ਸਿੱਖਾਂ ਦਾ ਕਤਲੇਆਮ ਹੋਇਆ ਹੁਣ ਦਿੱਲੀ ਅਸੈਂਬਲੀ 'ਚ ਜਾ ਕੇ ਸਿੱਖ ਬੰਬ ਸੁੱਟ ਕੇ ਆਉਣ ਅਸੀਂ ਉੱਥੇ ਦੇ ਪੁਲਿਸ ਵਾਲਿਆਂ ਨੂੰ ਗੋਲੀਆਂ ਨਾਲ ਭੁੰਨ ਕੇ ਰੱਖ ਦਈਏ ਕਿਉਂਕਿ ਸਾਡਾ ਕਤਲੇਆਮ ਹੋਇਆ ਜਿਵੇਂ ਲਾਲਾ ਲਾਜਪਤ ਰਾਏ ਦਾ
यूथ अजिहा एक आप कह सकते हैं सेंसिटिव उन्हों का माइंड होंगे कि वह कुछ भी कर सकते हैं और बहुत सारा यूथ जो है वह भगत सिंह अपना आइकन भी मनता है तो एक उन्होंने आइकन इस तरीके टेररिस्ट कहना तो लगता नहीं कि यह महान नुमाइंदे होने करके यूथ नूं इह वी दसना पैना कि यह आइकन क्यों है और जे तुसीं देखोगे जिहड़ा इन्हां दी शहादत हुई है जिहड़ी इन्हां दी डैथ पेनल्टी हुई है इसी फैक्ट से हुई है कि सौंडर्स नूं सत्त गोलियां नाल भुन्निया जबकि उहदा कोई कसूर नहीं सी चन्नन सिंह नूं मारिया जिहदा कोई कसूर नहीं सी ते बंब लेजिस्लेटिव असैंबली दे विच सुट्टिया जिन्हां दा उत्थे लेजिस्लेशन करन दा काम सीगा जिहड़ा एक जमहूरियत पसंद तरीके नाल उहदा साडा होम रूल बनाउण लई खड़ी कीती सी जे इह एग्जांपल तुसीं आपदे बच्चे नूं देणे आ फिर मैनूं दस्सो मैं अपने नौजवान वीरां नूं मैं किवें समझावां जिहड़ी तुसीं लेजिस्लेटिव दी गल करदे हो उह कहिंदे कि मान साहब तां उस ते विश्वास नहीं करदे हैगे जिसकी गल्लां तुसीं जिसकी उदाहरण दे रहे हो कहिंदे मान साहब तां आप ही नहीं उस दे विच यकीन करदे हो तां उस नूं समझदे नहीं संविधान नूं ही नहीं मनदे तां आप संविधान नूं नहीं मनदे ਹੁਣ ਸੌ ਚੱਕਣ ਗਏ ਆ ਉੱਥੇ ਸੌ ਚੱਕਣ ਗਏ ਪਹਿਲਾਂ ਵੀ ਦੱਸੀ ਹੈ ਹਮੇਸ਼ਾ ਕਰਦੇ ਹੈਗੇ ਆ ਤਾਂ ਫਿਰ ਜਿਹੜੇ ਸੰਵਿਧਾਨ ਦੀ ਉਹ ਗੱਲ ਕਰਦੇ ਨੇ ਕਿ ਮੈਂ ਸੰਵਿਧਾਨ ਨੂੰ ਮੰਨਦਾ ਹੀ ਨਹੀਂ ਆ ਤਾਂ ਫਿਰ ਕਹਿੰਦੇ ਸੌ ਵੀ ਹੁਣ ਕਿਵੇਂ ਉਸ ਸੰਵਿਧਾਨ ਦੀ ਚੱਕਣਗੇ ਦੇਖੋ ਜੀ ਸੰਵਿਧਾਨ ਦੇ ਵਿੱਚ ਚੇਂਜਸ ਤੇ ਤਬਦੀਲ ਕਰਨ ਦੀ ਪੂਰੀ ਸਾਨੂੰ ਇਜਲਾਸ ਦਿੱਤਾ ਹੈਗਾ ਤੇ ਅਸੀਂ ਉਹਦੇ ਵਿੱਚ ਤਬਦੀਲੀਆਂ ਆਪਣੀਆਂ ਕਰਨ ਦਾ ਪੂਰਾ ਯਤਨ ਕਰ ਸਕਦੇ ਹਾਂ ਦਾਇਰ ਦੇ ਦਵਾਈ ਵੀ ਆਂਦੇ ਡੈਮੋਕ੍ਰੈਟਿਕ ਪ੍ਰੋਸੈਸ ਆਮ ਆਦੀ ਪਾਰਟੀ ਕਹਿ ਰਹੀ ਹੈ ਕਿ ਆ ਤਾਂ ਮਾਫੀ ਮੰਗ ਲਓ ਨਹੀਂ ਤਾਂ ਅਸੀਂ ਲੀਗਲ ਐਕਸ਼ਨ ਲਵਾਂਗੇ ਲੱਗਦਾ ਮਾਨ ਸਾਹਿਬ ਮਾਫੀ ਮੰਗਣਗੇ ਕੌਣ ਸਿਮਰਜੀਤ ਸਿੰਘ ਮਾਨ ਹੋਣੀ ਮਾਫੀ ਮੰਗਣਗੇ ਲੀਗਲ ਐਕਸ਼ਨ ਜਿਹੜਾ ਬਾਦਲ ਸਰਕਾਰ ਹੈ ਉਹਨੇ ਮਾਨ ਸਾਹਿਬ ਦੇ ਉੱਤੇ ਕੇਸ ਚਲਾਇਆ ਸੀਗਾ ਸੋ ਕੋਰਟ ਹਿਮਸੈਲਫ ਅਗਰੀਡ it is not a good thing to throw bombs in a legislative assembly and to kill policemen they honor de utte legal action bilkul radd kiti gayi sigi they have already been taken a decision by the courts and the law fair hun oh challenge karde ne ek var fair legal action lene di gal karde ne ta tohada kees de utte take rahuga ki tusi apne inna bayana de utte hi qaim rahoge tusi apne shabdan di ya maan saab honi apni shabdan di maafi nahi mangange अपने बच्चा दिखायो जेड़ा तुसी चाहुंदे हो ऐ ना होए कि क्योंकि एक आइकॉन बन गया हैगा ओदे कारनामियां दे उत्ते तुसी बिना सोचे समझे पड़ताल कीते इतिहास नूं फरोड़े तुसी किसे नूं तोड़ दो ओदे नतीजे जो तुसी चाहुंदे हो शायद ओदा ना निकला ठीक है इमान जी बहुत बहुत धन्यवाद तमाम जानकारी दे विच सांझ पाउण दे लई तां इमान सिंह मान होणी साडे नाल फोन लाइन दे उत्ते जुड़े और खास तौर दे उत्ते ओह गल कहिंदे होए नजर आए ने कि असी यूथ नूं समझाउण दी अपने तौर दे उत्ते कोशिश करांगे हालांकि कहिंदे यूथ जो मर्जी समझदा रहे यूथ दी अपनी एक सोच है यूथ अपने तौर दे उत्ते सोचदा पर असी उन्हां कारनामियां नूं भी लोकां तक पहुँचावांगे उन्हां यूथ नूं दसांगे कि जिन्हां ने अपने आप नूं भगत सिंह दे नाल जोड़िया और भगत सिंह नूं अपना आइकन मन्निया